चोर चोर दा रोला पा के बह गया चोरां दे विच जाके ठोको ताली नवजोत सिंह सिद्धू साहब। सिद्धू साहब अहीं ना जदों छोटे छोटे हुंदे हां ना ते असीं पिंड नूं जाणा, पिंड च जाणा उत्थे ना साडी इक बड़ी सत्कार योग बरादरी सीगी, भंड बरादरी, बड़ी सत्कारत बरादरी आ साडी। ओह मैं कहा मेरे वीरा तूं ते उन्हां नूं वी पिछे छड्ड दित्ता, बड़ी गांह काम खिच के लै गया यार तूं ते नजारा लियाता ही पंजाब वासियां नूं। तुसीं ना जदों भाजपा च हुंदे सीगे ना उदों मैनूं कुछ क गल्लां याद ने तुहाडियां, तुहाडे अल्फाज हुंदे सी कि श्री नरेंद्र मोदी मेरा प्यो है, भारतीय जनता पार्टी मेरी मां है, श्री अरुण जेतली जी मेरे गुरु ने। अच्छा प्यो नंबर दो सरदार प्रकाश सिंह बादल मेरा प्यो है, दो प्यो सीगे उदों तुहाडे, सुखबीर सिंह बादल मेरा भरा है, बिक्रम मजीठिया। अच्छा वह बिक्रम मजीठिया साहब वाली मैनूं गल याद आ गई, तुसीं इह गल कहिंदे हुंदे मैं मेरे चम दीआं जुत्तियां बना के मजीठिया दे पैरां च पा दो, मैं तां देणा नहीं दे सकदा, उहदा एहसान नहीं ला सकदा। वह मैनूं लगदा तुसीं एहसान कितें ला लू दित्ता कितें, बड़े अणखी बंदे हो, ला दित्ता होणा कोई वड्डी गल नहीं, क्योंकि जिहड़े लफ्ज़ तुहाडे मूंह चों निकलदे ने उह कदी इन तों बिन नहीं हुंदे, बड़े तुसीं जबान वाले बंदे हो, उह वी एहसान तुसीं कितें ला लू आए होणे आ, मोदी साहब दा वी एहसान तुसीं लाता होणा कितें। सिद्धू साहब उदों ना तुहाडे अल्फाज हुंदे सीगे कि सोनिया मुन्नी तों बदनाम हुई। अच्छा राहुल गांधी उहदा नामकरण पप्पू उह तुसीं रखिआ, अज सारा वर्ल्ड नूं पप्पू दे नां तों जाणदा, उह देण तुहाडी है सिद्धू साहब दी। अच्छा उस तों अगे आ जाईए सरदार मनमोहन सिंह जी, ना इह सरदार है ना इह असरदार है, इह तुहाडे अल्फाज सीगे, मैं कितों इत्थों ही तुहाडीआं वीडियो वेख वूख के इकट्ठे कीते आ। ਉਹ ਮੇਰੇ ਵੀਰਾ ਇੱਕ ਗੱਲ ਦੱਸ, ਜਦੋਂ ਤੂੰ ਕਾਂਗਰਸ ਜੁਆਇਨ ਕਰ ਗਿਆ ਤੇ ਕੰਮ ਪੁੱਠਾ ਚੱਲ ਪਿਆ, ਗੰਗਾ ਇਸ਼ਨਾਨ ਹੋ ਗਿਆ ਤੇਰਾ, ਤੇਰੇ ਪਾਪ ਧੁੱਲ ਗਏ, ਫਿਰ ਜਿਹੜੀ ਸੋਨੀਆ ਸੀਗੀ ਉਹ ਤੇਰੀ ਮਾਂ ਹੋ ਗਈ, ਉਹ ਪੱਪੂ ਤੇਰਾ ਭਰਾ ਹੋ ਗਿਆ, ਤੇ ਮਨਮੋਹਨ ਸਿੰਘ ਤੇਰਾ ਗੁਰੂ ਹੋ ਗਿਆ। ਉਹ ਮੇਰੇ ਵੀਰਾ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ, ਤੇਰਾ ਤੇ ਮਿੱਤਰਾ ਸਟੈਂਡ ਹੀ ਕੋਈ ਨਹੀਂ। ਪੰਜਾਬ ਦੇ ਲੋਕਾਂ ਨੂੰ, ਲੋਕਾਂ ਨੇ 17 ਸਾਲ ਤੈਨੂੰ ਐਕਟਿਵ ਪੋਲੀਟਿਕਸ ਦੇ ਵਿੱਚ ਰੱਖਿਆ, 3 ਵਾਰਾਂ ਤੂੰ MP ਦੀ ਚੋਣ ਜਿੱਤਿਆ, 1 ਵਾਰਾਂ ਤੇਰੀ ਵਾਈਫ ਸਾਡੀ ਸਤਿਕਾਰਯੋਗ ਭੈਣ ਨਵਜੋਤ ਕੌਰ ਸਿੱਧੂ CPS ਰਹੀ, ਰਾਜ ਮੰਤਰੀ ਪੰਜਾਬ ਦੇ ਵਿੱਚ ਰਹੀ, 2.5 ਸਾਲ ਕੈਪਟਨ ਸਰਕਾਰ ਦੇ ਵਿੱਚ ਮੇਰਾ ਭਰਾ ਨਵਜੋਤ ਸਿੰਘ ਸਿੱਧੂ ਲੋਕਲ ਬਾਡੀ ਮੰਤਰੀ ਰਿਹਾ, ਤੇ ਆਊਟਪੁੱਟ 0/0। ਅਸੀਂ ਸਿਰਫ ਗੱਲਾਂ ਨੇ ਗਲਾਦੜੀਆਂ, ਕਰਨਾ ਕਰਾਉਣਾ ਅਸੀਂ ਕੱਖ ਨੀ। 17 ਸਾਲ ਹੋ ਗਏ ਸਰਦਾਰ ਨਵਜੋਤ ਸਿੰਘ ਤੈਨੂੰ ਰਾਜਨੀਤੀ ਦੇ ਵਿੱਚ, ਤੇ ਤੂੰ ਸਿਵਾਏ ਅਲਾਮਿਆਂ ਤੋਂ ਕਦੀ ਬਾਦਲ ਨੀ ਚੰਗਾ, ਕਦੀ ਸੁਖਬੀਰ ਨੀ ਚੰਗਾ, ਕਦੀ ਮੋਦੀ ਨੀ ਚੰਗਾ, ਤੇ ਕਦੀ ਅਰੁਣ ਜੇਤਲੀ ਨੀ ਚੰਗਾ, ਤੇ ਕਦੀ ਉਹ ਨੀ ਚੰਗਾ, ਤੇ ਕਦੀ ਕੈਪਟਨ ਅਮਰਿੰਦਰ ਸਿੰਘ ਨੀ ਚੰਗਾ। ਉਹ ਮੇਰੇ ਵੀਰਾ ਤੂੰ ਹੀ ਚੰਗਾ, ਬਾਕੀ ਸਾਰੇ ਹੀ ਮਾੜੇ ਨੇ। ਕਮਾਲ ਕਰੀ ਜਾ ਰਹੇ ਸਿੱਧੂ ਸਾਹਿਬ। ਅੱਛਾ ਹੁਣ ਕੁਛ ਮੁੱਦਿਆਂ ਦੀਆਂ ਗੱਲਾਂ ਕਰ ਲਈਏ ਆਪਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ, ਜਿਸ ਏਜੰਡੇ ਦੇ ਤੁਸੀਂ ਇਸ ਕਾਂਗਰਸ ਦੀ ਸਰਕਾਰ ਲੈ ਕੇ ਆਏ ਮੇਰੇ ਵੀਰਾ, ਉਹ 4.5 ਸਾਲ ਤੁਹਾਨੂੰ ਨੀਂਦ ਕਿੱਦਾਂ ਆ ਗਈ ਮੈਨੂੰ ਇਹ ਨੀ ਸਮਝ ਆਉਂਦੀ, ਕਿੱਦਾਂ ਸੁੱਤੇ ਰਹੇ ਤੁਸੀਂ 4.5 ਸਾਲ। ਅੱਛਾ ਜਿਹੜੀ ਤੁਸੀਂ ਸਿੱਟ ਬਣਾਈ ਉਹਦਾ ਮੁੱਖ ਅਫਸਰ ਤੁਹਾਡਾ ਕਿਸੇ ਹੋਰ ਪਾਰਟੀ ਨੇ ਜੁਆਇਨ ਕਰ ਗਿਆ, ਕੀ ਰਾਜਨੀਤੀ ਹੈ ਤੁਹਾਡੀ? ਉਸ ਤੋਂ ਬਾਅਦ ਆ ਗਿਆ ਤੁਹਾਡਾ ਭੂ ਮਾਫੀਆ, ਰੇਤ ਮਾਫੀਆ, ਕਈ ਮਤਲਬ ਕਿਹੜੇ 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 ਮਾਫੀਆ ਦਾ ਮੈਂ ਨਾਂ ਲਵਾਂ, ਸ਼ਰਾਬ ਮਾਫੀਆ। ਉਹ ਮੇਰੇ ਵੀਰਾ, ਪੰਜਾਬ ਨਾ ਪਹਿਲਾਂ ਦੇਸ਼ ਦਾ ਅੰਨਦਾਤਾ ਹੁੰਦਾ ਸੀਗਾ, ਉਹ ਟੈਗਿੰਗ ਵੀ ਪੰਜਾਬ ਕੋਲੋਂ ਤੁਹਾਡੀ ਸਰਕਾਰ ਤੁਹਾਡੇ ਕਾਰਜਕਾਲ ਚ ਖੋਈ ਗਈ, ਇਸ ਗੱਲ ਨੂੰ ਯਾਦ ਰੱਖੀ, ਆਹ ਤੁਹਾਡੀ ਦੇਣ ਆ ਪੰਜਾਬ ਨੂੰ। ਇੱਕ ਚੀਜ਼ ਦੀ ਮੈਂ ਮੰਗ ਕਰਨੀ ਚਾਹਾਂਗਾ ਸਰਦਾਰ ਨਵਜੋਤ ਸਿੰਘ ਸਿੱਧੂ ਜੀ, 84 ਦੇ ਦੰਗੇ, ਸਿੱਖਾਂ ਦੀ ਨਸਲਕੁਸ਼ੀ, 2 ਵਾਰੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਤੇ ਆਪਣਾ ਪੱਖ ਜ਼ਰੂਰ ਕਲੀਅਰ ਕਰੋ ਕਿ ਹੁਣ ਇਹ ਸਹੀ ਹੋ ਗਏ ਨੇ, ਤੁਸੀਂ ਕਾਂਗਰਸ ਚ ਆ ਗਏ ਜੇ ਕੀ ਇਹ ਹਮਲੇ ਠੀਕ ਹੋ ਗਏ ਨੇ, ਇਹਦੇ ਤੇ ਮੈਂ ਤੁਹਾਡਾ ਪੱਖ ਜਾਣਨਾ ਚਾਹਾਂਗਾ, ਕਿਰਪਿਆ ਇਹਦੇ ਤੇ ਆਪਣਾ ਚਾਨਣ ਜ਼ਰੂਰ ਪਾਇਓ। ਬਾਕੀ ਤੁਸੀਂ ਕ੍ਰਿਕਟ ਖੇਡਦੇ ਰਹੇ ਹੋ, ਇਹ ਕੋਈ ਕਪਿਲ ਸ਼ਰਮਾ ਦਾ ਸ਼ੋਅ ਨਹੀਂ ਹੈਗਾ ਪੰਜਾਬ, ਜਿੱਥੇ ਤੁਸੀਂ ਹਾ 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 ਹੀ 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 ਕਰ ਲਈ ਤੇ ਲੋਕਾਂ ਨੂੰ ਛਦਾਈ ਬਣਾ ਲਿਆ, ਇਹ ਉਹ ਕੰਮ ਨਹੀਂ ਤੁਹਾਡੇ ਚੱਲਣੇ। ਤੁਸੀਂ ਕ੍ਰਿਕਟ ਖੇਡਦੇ ਰਹੋ, ਬੜੇ ਛੱਕੇ ਛੁੱਕੇ ਮਾਰਦੇ ਰਹੇ ਜੇ, ਬਟ ਹੁਣ ਇੱਕ ਗੱਲ ਮੇਰੀ ਯਾਦ ਰੱਖਣਾ, ਹੁਣ ਵਾਰੀ ਆ ਪੰਜਾਬ ਵਾਸੀਆਂ ਦੀ, ਐਸਾ ਛੱਕਾ ਮਾਰਨਾ ਨਾ ਪੰਜਾਬ ਵਾਸੀਆਂ ਨੇ ਸਰਦਾਰ ਨਵਜੋਤ ਸਿੰਘ ਸਿੱਧੂ, ਤੇਰੀ ਕਾਂਗਰਸ ਨਾ ਬਾਉਂਡਰੀਓਂ ਬਾਹਰ ਹੋਣੀ, ਹੁਣ ਸਾਰੇ ਹਿੰਦੁਸਤਾਨ ਚ ਤੇ ਤੁਹਾਡਾ ਵਜੂਦ ਹੋ ਗਿਆ ਖਤਮ, ਹੁਣ ਤੁਹਾਡੀ ਵਾਰੀ ਆ ਗਈ ਪੰਜਾਬ ਦੇ ਵਿੱਚ। ਔਰ ਜੋ ਤੁਸੀਂ ਲੱਛਣ ਫੜੇ ਹੋਏ ਨਾ ਪੰਜਾਬ ਦੇ ਵਿੱਚ, ਰੱਬ ਦਾ ਵਾਸਤਾ ਬਖਸ਼ ਦਿਓ ਪੰਜਾਬੀਆਂ ਨੂੰ। ਔਰ ਤੂੰ ਤੇ ਸਿੱਖ ਕੌਮ ਚ ਜਨਮ ਲਿਆ ਮੇਰੇ ਵੀਰ, ਕੁਛ ਤੇ ਸ਼ਰਮ ਕਰ, ਬਾਕੀ ਇਨਸਾਫ ਪੰਜਾਬ ਦੇ ਲੋਕ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।